ਖਬਰ ਲੈਂਦੇ ਆ ਮੋਗਾ ਦੇ ਪਿੰਡ ਦੋਲੇਵਾਲ ਤੋਂ, ਜਿੱਥੇ ਜੀਟੀ ਰੋਡ ਤੇ ਪਈ ਇੱਕ ਨੌਜਵਾਨ ਦੀ ਲਾਸ਼ ਦੀ ਵੀਡੀਓ ਵਾਇਰਲ ਹੋਣ ਤੇ ਲਾਸ਼ ਨੂੰ ਵੇਖ ਕੇ ਇਹ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਨਾਲ ਹੋਈ। ਬਰਹਾਲ ਪੁਲਿਸ ਦੁਆਰਾ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਹਸਪਤਾਲ ਵਿੱਚ ਮੌਜੂਦ ਮ੍ਰਿਤਕ ਦੇ ਜੀਜਾ ਹਰਪ੍ਰੀਤ ਦਾ ਕਹਿਣਾ ਹੈ ਕਿ ਉਹ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਕੀ ਨਾਮ ਤੁਹਾਡਾ? ਮੇਰਾ ਨਾਮ ਹੈਪੀਪੁਰੀ ਹੈ, ਹਰਪ੍ਰੀਤ ਸਿੰਘ ਮੇਰਾ ਪੱਕਾ ਨਾਮ ਹੈ। ਜਸਪ੍ਰੀਤ ਜੀ, ਜਿਹੜਾ ਵਿੱਕੀ ਹੈ ਤੁਹਾਡਾ ਕੀ ਰਿਸ਼ਤਾ ਜੀ? ਇਹ ਸਾਲਾ ਹੈ ਮੇਰਾ ਜੀ। ਅਤੇ ਅੱਜ ਦੀ ਡੈਡ ਬੋਡੀ ਮਿਲੀ ਹੈਗੀ ਆ ਦੌਲੇਵਾਲੇ ਤੋਂ? ਹਾਂਜੀ। ਅਤੇ ਕੋਈ ਪਤਾ ਲੱਗਿਆ ਵੀ ਕੀ ਕਾਰਨ ਰਿਹਾ ਜੀ? ਨਹੀਂ ਕੋਈ ਨਹੀਂ ਜੀ ਪਤਾ ਲੱਗਿਆ, ਹਾਲੇ ਤੱਕ ਕੋਈ ਗੱਲਬਾਤ ਨਹੀਂ, ਕੋਈ ਪਤਾ ਨਹੀਂ ਲੱਗਿਆ। ਮੈਨੂੰ ਤਾਂ ਸਵੇਰੇ 8 ਵਜੇ ਫੋਨ ਗਿਆ ਮੇਰੇ ਰਿਸ਼ਤੇਦਾਰਾਂ ਦਾ ਵੀ ਇਸ ਤਰ੍ਹਾਂ ਹੈ, ਵਿੱਕੀ ਨਾਮ ਦਾ ਲੜਕਾ ਇਹਦਾ ਹੁੰਦੀ ਉੱਥੇ ਲਾਸ਼ ਪਈ ਸੀ ਅਤੇ ਉਹ ਦੌਲੇ ਵਾਲੇ ਚੌਂਕੀ ਲਿਆਂਦੀ ਗਈ, ਜਿਹੜੇ ਤੁਸੀਂ ਉੱਥੇ ਪਹੁੰਚ ਜਾਓ। ਕਿ ਨਸ਼ਾ ਨੁਸ਼ਾ ਵੀ ਕਰਦਾ ਸੀਗਾ? ਕੋਈ ਪਤਾ ਨਹੀਂ ਜੀ, ਬਸ ਪਹਿਲਾਂ ਕਰਦਾ ਹੋਵੇ, ਹੁਣ ਦਾ ਕੋਈ ਪਤਾ ਨਹੀਂ ਕਰਦਾ ਕਿ ਨਹੀਂ ਕਰਦਾ। ਵਿੱਕੀ ਰਹਿੰਦਾ ਕਿੱਥੇ ਸੀ ਜੀ? ਪਹਿਲਾਂ ਕੋਰਟ ਇਸੇ ਖਾ ਰਹਿੰਦਾ ਸੀ, 2-3 ਮਹੀਨੇ ਹੋ ਗਏ ਮੇਰੇ ਕੋਲ ਰਿਹਾ ਸੀ, ਮੇਰੇ ਕੋਲ 5-7 ਦਿਨ ਹੋ ਗਏ ਆ ਗਿਆ ਸੀ। ਅਤੇ ਤੁਹਾਡੇ ਤੁਸੀਂ ਪਹਿਲਾਂ ਤੁਹਾਨੂੰ ਪਤਾ ਤੁਹਾਡੇ ਬਾਰੇ ਕੋਈ ਨਸ਼ਾ ਨੁਸ਼ਾ ਕਰਦਾ? ਨਾ ਕੋਈ ਪਤਾ ਨਹੀਂ ਜੀ ਸਾਨੂੰ, ਪਹਿਲਾਂ ਨਸ਼ਾ ਪਤਾ ਕਰਦਾ? ਨਹੀਂ ਨਹੀਂ ਜੀ ਨਹੀਂ। ਅਤੇ ਹੁਣ ਕੀ ਕਾਰਵਾਈ ਤੁਸੀਂ ਕਰਵਾ ਰਹੇ ਹੋ? ਅਸੀਂ ਕੁਛ ਨਹੀਂ ਕਰੋ, ਕਾਰਵਾਈ ਕਰਵਾਉਣੀ ਅਸੀਂ ਤਾਂ ਬਸ ਅਸੀਂ ਡੈਡ ਬੋਡੀ ਤੁਹਾਨੂੰ ਦੇ ਦੇਣ ਬਸ। ਨਹੀਂ ਆਏ? ਨਹੀਂ ਆਏ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣੇ ਦੇ DSP ਨੇ ਦੱਸਿਆ ਕਿ ਹੁਣ ਤੱਕ ਮ੍ਰਿਤਕ ਦੇ ਵਾਰਿਸਾਂ ਨੇ ਕੋਈ ਵੀ ਬਿਆਨ ਦਰਜ ਨਹੀਂ ਕਰਵਾਏ। ਉਹਨਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਪੁਲਿਸ ਆਪਣੀ ਕੋਈ ਕਾਰਵਾਈ ਕਰ ਸਕਦੀ ਹੈ। ਉਹਦਾ ਵਾਰਿਸ ਕੋਈ ਬਾਲੀ ਸਾਹਮਣੇ ਨਹੀਂ ਆਇਆ, ਨਾ ਹੀ ਕੋਈ ਬਿਆਨ ਦੇਣ ਨੂੰ ਤਿਆਰ ਜਾ ਰਹੇਗਾ ਕਿ ਕਿਉਂ ਮੌਤ ਹੋਈ ਹੈ। ਪਰ ਉਹਦੀ ਡੈੱਡ ਬੋਡੀ ਹਾਲੇ ਪੋਸਟਮਾਰਟਮ ਕਰਨ ਲਈ ਹਸਪਤਾਲ 'ਚ ਪਈ ਹੋਈ ਹੈ। ਪੋਸਟਮਾਰਟਮ ਹੋਣ ਦੇ ਬਾਅਦ ਜੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ। ਔਰ ਬਾਕੀ ਹੈ SPD ਦਾ ਮੌਕੇ 'ਤੇ ਗਏ ਹੋਏ ਨੇ ਅਤੇ ਉਹ ਪੜਤਾਲ ਕਰ ਰਹੇ ਨੇ, ਪੜਤਾਲ ਕਰਨ ਤੋਂ ਬਾਅਦ ਜਿਵੇਂ ਹੋਊਗਾ ਕਾਰਵਾਈ ਕੀਤੀ ਜਾਊਗੀ। ਕਿੱਥੋਂ ਦਾ ਸੀ ਨੌਜਵਾਨ ਪਤਾ ਕੁਛ ਲੱਗਿਆ ਕੁਛ? ਇਹ ਨਹੀਂ, ਬਾਹਰ ਦਾ ਸੀ, ਇੱਥੇ ਕਿਤੇ ਰਹਿੰਦਾ ਸੀ, ਆਪਣੇ ਨਾਨਕੇ ਰਹਿੰਦਾ ਸੀ ਮੁੰਡਾ, ਬਾਹਰ ਦਾ ਸੀ। ਬਹੁਤ ਸੁਣ